ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਛੋਟੇ ਨੂੰ ਪਿਆਰ ਅਤੇ ਵੱਡੇ ਦੇ ਪੈਰੀ ਪਹਿਨੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅੱਜ ਮੈਨੂੰ ਮੰਮੀ ਨੇ ਚੂਰੀ ਬਣਾਉਣੀ ਆ ਨਾਲ ਆਟੇ ਦੀ ਚਿੜੀ ਅਤੇ ਇਹ ਮੰਮੀ ਕਿਹਨੂੰ ਦਿੰਦੇ ਹੁੰਦੇ ਸੀ ਬਣਾ ਕੇ ਮੈਨੂੰ ਛੋਟਿਆਂ ਨੂੰ ਪਿਆਰ ਤੇ ਵੱਡਿਆਂ ਦੇ ਪੈਰੀ ਪੈਂਦੇ ਆ। ਉਮੀਦ ਕਰਦੇ ਆ ਸਾਰੇ ਤਕੜੇ ਹੋ, ਠੀਕ ਠਾਕ ਹੋ, ਚੜ੍ਹਦੀ ਕਲਾ ਦੇ ਵਿੱਚੋਂ। ਐਕਚੁਅਲੀ ਅੱਜ ਨਾ ਬੱਚੇ, ਹੁਣ ਤੁਹਾਨੂੰ ਪਤਾ ਅਰਮਾਨ ਦੀ ਸ਼ਾਇਦ ਤੁਸੀਂ ਕੈਂਪ ਵਾਲੀ ਵੀਡੀਓ ਦੇਖੀ ਹੋਵੇ, ਉੱਥੋਂ ਆਇਆ ਥੱਕਿਆ ਹੋਇਆ ਸੀਗਾ। ਇਹਨੇ ਆ ਕੇ ਮੰਮੀ ਤੋਂ ਪਹਿਲੀ ਚੀਜ਼ ਕੀ ਮੰਗੀ? ਚੋਰੀ। ਕਹਿੰਦਾ ਮੰਮੀ ਚੋਰੀ ਨੂੰ ਜੀ ਕਰਦਾ। ਹੁਣ ਚੋਰੀ ਇੱਕ ਇੱਦਾਂ ਦੀ ਚੀਜ਼ ਆ ਜਿਹੜੀ ਸਿਰਫ ਅਤੇ ਸਿਰਫ ਮਾਂ ਦੇ ਹੱਥ ਦੀ ਉਹ ਵਧੀਆ ਲੱਗਦੀ ਆ, ਅਤੇ ਮਨੀ ਵੀ ਕਹਿ ਦਿੰਦੀ ਹੁੰਦੀ ਆ ਮੰਮੀ ਪਲੀਜ਼ ਚੋਰੀ ਤੁਸੀਂ ਬਣਾਓ, ਹੈ ਨਾ, ਇਹ ਕੋਲ ਖੜੀ ਰਹਿੰਦੀ ਹੁੰਦੀ ਆ। ਤਾਂ ਅੱਜ ਅਸੀਂ ਕਿਹਾ ਵੀ ਕਿਉਂ ਨਾ ਇਹਦੀ ਰੈਸਿਪੀ, ਜੋ ਕਿ ਬਹੁਤ ਸਿੰਪਲ ਆ, ਪਰ ਸ਼ੇਅਰ ਕਰੀਏ। ਇਹ ਸਿਰਫ ਰੈਸਪੀ ਨਹੀਂ ਹੈ, ਇੱਕ ਟਰੈਡੀਸ਼ਨ ਆ, ਬਹੁਤ ਹੀ ਪੁਰਾਣੀ ਟਰੈਡੀਸ਼ਨ ਆ, ਅਤੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਵੀ ਕੁਛ ਟਰੈਡੀਸ਼ਨਸ ਅੱਗੇ ਤੱਕ ਮਤਲਬ ਜੁੜੀਆਂ ਰਹਿਣ, ਹੈ ਨਾ, ਅੱਗੇ ਬੱਚਿਆਂ 'ਚ ਵੀ ਆਉਣ, ਉਹਨਾਂ ਦੇ ਬੱਚਿਆਂ 'ਚ ਵੀ ਆਉਣ। ਮੰਮੀ ਪਹੁੰਚ ਚੁੱਕੇ ਨੇ, ਡੈਡੀ ਵੀ ਪਹੁੰਚ ਚੁੱਕੇ ਨੇ, ਕਿਆ ਬਾਤ ਆ, ਵੈਰੀ ਗੁੱਡ। ਡੈਡੀ ਕਿੱਦਾਂ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਛੋਟਿਆਂ ਨੂੰ ਪਿਆਰ, ਵੱਡਿਆਂ ਦੇ ਪੈਰੀ ਪਹਿਨੇ ਆ। ਵਾਕਈ ਡੈਡੀ ਕੋਲ ਪੇ, ਡੈਡੀ ਕੋਲ ਪੇ। ਤੇ ਬਾਕੀ ਐ ਆ ਮੰਮੀ, ਹੋਰ ਕਿੱਦਾਂ? ਠੀਕ ਠਾਕ, ਬਹੁਤ ਵਧੀਆ। ਅਰਮਾਨ ਨੂੰ ਸਕੂਲ ਮੈਂ ਅੱਗੇ ਵੀ ਕਈ ਵਾਰ ਬਣਾ ਕੇ ਦਿੱਤੀ ਹੈ ਵੈਸੇ, ਭਾਂਡੇ ਬਣਵਾਉਂਦਾ ਹੁੰਦਾ, ਕਹਿੰਦੇ ਹੁੰਦਾ ਮੰਮੀ ਭਾਂਡੇ ਬਣਾ ਕੇ ਦਿਓ ਚੂਰੀ ਦੇ, ਤੇ ਅੱਜ ਆਪਾਂ ਬਣਾ ਕੇ ਸਾਰੇ ਛੋਟੇ ਬੱਚਿਆਂ ਨੂੰ ਕੋਸ਼ਿਸ਼ ਕਰਦੇ ਹਾਂ। ਕਦੇ ਕੌਲੀ ਹੁੰਦੀ ਸੀ, ਕਦੇ ਚਮਚਾ ਹੁੰਦਾ ਸੀ, ਕਦੇ ਕ੍ਰਿਕਟ ਬੈਟ ਹੁੰਦਾ ਸੀ, ਪਤਾ ਕੀ ਨਾਲ ਬਾਲ ਪਾ ਦੇਣੀ ਮੰਮੀ ਨੇ, ਹੈ ਨਾ। ਦੇਖੋ ਆਟਾ ਇੱਕ ਇੱਦਾਂ ਦੀ ਚੀਜ਼ ਆ, ਆਟੇ ਨੂੰ ਕਿਸੇ ਵੀ ਸ਼ੇਪ 'ਚ ਢਾਲ ਲਓ, ਜਿਵੇਂ ਆਪਣੇ ਬੱਚੇ ਹੁੰਦੇ ਆ ਛੋਟੇ ਹੁੰਦੇ, ਚੰਗੇ ਪਾਸੇ ਲੈ ਜਾਓ, ਮਾੜੇ ਪਾਸੇ ਲੈ ਜਾਓ। ਕਰੀਏ ਸ਼ੁਰੂ ਮੰਮੀ? ਆਪਾਂ ਆਪਣੇ ਸਾਰੇ ਬੱਚਿਆਂ ਲਈ ਬਣਾਉਣੇ ਅੱਜ। ਹਾਂਜੀ, ਤੇ ਆਪਾਂ ਜੁੜਦੇ ਹਾਂ ਪਿਛਲੇ ਜ਼ਮਾਨੇ ਦੇ ਨਾਲ, ਕੁਛ ਸਾਲ ਪਹਿਲਾਂ ਜਿਵੇਂ ਕਰਦੇ ਹੁੰਦੇ ਸੀ ਚੂਰੀ। ਇਸ ਦੇ ਇਨਗਰੀਡੀਐਂਟ, ਸਭ ਤੋਂ ਵੱਡਾ ਇਨਗਰੀਡੀਐਂਟ ਆ ਪਿਆਰ, ਜਿੰਨੇ ਪਿਆਰ ਨਾਲ ਬਣਾਈ ਹੈ ਆਪਾਂ ਉਨਾ ਹੀ ਵਧੀਆ ਨਾ ਮੰਮੀ। ਅਸੀਂ ਵੀ ਛੋਟੇ ਹੁੰਦਿਆਂ ਨੇ ਬਹੁਤ ਖਾਧੀ ਆ। ਡੈਡੀ ਤੁਸੀਂ ਖਾਧੀ ਆ ਚੂਰੀ ਛੋਟੇ ਹੁੰਦਿਆਂ ਨੇ? ਮੈਂ ਐਕਚੁਅਲੀ ਕਦੇ ਪੁੱਛਿਆ ਨਹੀਂ ਤੁਹਾਨੂੰ, ਖਾਧੀ ਆ? ਬੀਜੀ ਬਣਾਉਂਦੇ ਹੁੰਦੇ ਸੀ। ਵਾਓ, ਮਤਲਬ ਕਾਫੀ ਪੁਰਾਣੀ ਆ ਨਾ, ਮਤਲਬ ਤੁਸੀਂ ਆਪਾਂ ਇਹ ਕਹਿ ਸਕਦੇ ਹਾਂ ਵੀ ਕਿੰਨੇ ਸਾਲਾਂ ਤੋਂ ਚੱਲਿਆ ਆ ਰਿਹਾ ਚੂਰੀ ਦੀ ਟ੍ਰੈਡੀਸ਼ਨ। ਸਾਡੀ ਦਾਦੀ ਤੋਂ ਲੈ ਲਾ। ਜਿਹੜੀ ਗੁੜ ਦੀ ਚੂਰੀ ਆ ਨਾ, ਉਹਨੂੰ ਜਿਵੇਂ ਮਰਜ਼ੀ ਤੁਸੀਂ ਕਰੀ ਜਾਓ। ਚੀਨੀ ਦੀ ਚੂਰੀ ਤੁਸੀਂ ਜਿਹੜੀ ਜ਼ਿਆਦਾ ਥੋੜ੍ਹੀ ਮਾਡਰਨ ਤਰੀਕੇ ਨਾਲ ਬਣਾਉਣੀ, ਚੀਨੀ ਦੇ ਬਣਾ ਲਓ। ਗੁੜ ਦੀ ਚੂਰੀ ਨੂੰ ਜਿਸ ਮਰਜ਼ੀ ਸ਼ੇਪ 'ਚ ਬਣਾ ਲਓ, ਭਾਂਡੇ ਬਣਾ ਲਓ, ਜੋ ਮਰਜ਼ੀ, ਚੀਨੀ ਦੀ ਜੁੜਦੀ ਨਹੀਂ, ਸੌਫਟ ਹੋ ਜਾਂਦੀ ਹੈ ਨਾ ਗੁੜ ਦੀ, ਗੁੜ ਜਾਂ ਸ਼ੱਕਰ, ਮਤਲਬ ਮੁਲਾਇਮ ਜੀ ਬਣਦੀ ਆ। ਮਤਲਬ ਕਿ ਆਪਾਂ ਕਹਿ ਸਕਦੇ ਹਾਂ ਵੀ 100 ਸਾਲ ਤੋਂ ਉੱਤੇ ਪੁਰਾਣੀ ਇਹ ਹੈਗੀ ਆ ਨਾ ਰੈਸਪੀ। ਐਂ ਕਰੀਏ ਸ਼ੁਰੂ ਕਰਦੇ ਹਾਂ, ਚਲੋ ਤੇ ਤੁਹਾਡੇ ਡੂੰਘੇ, ਤੁਹਾਡੇ ਜਿਹੜਾ ਤੁਹਾਡੇ ਸਹੁਰਿਆਂ ਦੇ ਦਾਜ ਦਿੱਤਾ ਸੀ ਨਾ, ਉਹ ਡੂੰਘੇ ਦੇ ਵਿੱਚ ਬਣਨੀ ਆ। ਰੋਟੀਆਂ 2 ਦੀ ਬਣਾ ਲੋ 3 ਦੀ ਬਣਾ ਲੋ 4 ਦੀ ਬਣਾ ਲੋ ਚਾਹੇ ਰੋਟੀ, 3 ਚੀਜ਼ਾਂ ਨਾਲ ਹੀ ਬਣਨੀ ਆ, ਦੇਸੀ ਘੀ ਤੇ ਸ਼ੱਕਰ, ਠੀਕ ਆ, ਜੋ ਕਿ ਮੈਂ 3 ਵੱਡੇ ਚਮਚੇ ਇਹਨੂੰ ਪਘਰਾ ਕੇ ਘੀ ਲਿਆ ਹੈ, 3 ਚਮਚੇ ਮੈਂ ਇਹਦੇ ਸ਼ੱਕਰ ਦੇ ਲਏ ਆ, ਤੇ 2 ਥੋੜੀਆਂ ਮੋਟੇ ਆਕਾਰ ਦੀਆਂ ਮੈਂ ਆਪਣਾ ਰੋਟੀਆਂ ਬਣਾਵਾਂਗੀ। ਬਸ 3 ਨਾਲ ਹੀ ਬਣਨੀ ਚੀਜ਼ਾਂ, ਬਿਲਕੁਲ ਤੁਸੀਂ ਸਿੱਖ ਸਕਦੇ। ਆਪਾਂ ਸ਼ੁਰੂ ਕਰਨ ਲੱਗੇ ਹਾਂ ਚੂਰੀ ਦਾ ਹੁਣ ਮਟੀਰੀਅਲ ਤਿਆਰ ਕਰਨ ਲਈ, ਤੇ ਸਿੰਪਲ ਆਟਾ ਮੈਂ ਗੁੰਨਿਆ, ਤੇ ਆ ਦੇਖੋ ਮੈਂ ਪੇੜਾ ਕਰ ਲਿਆ, ਇਸ ਤੋਂ ਮੋਟਾ ਵੀ ਕਰ ਸਕਦੇ ਹਾਂ ਆਪਾਂ, ਤੇ ਇਹਦੇ ਆਪਾਂ ਪ੍ਰਸ਼ਾਦੇ ਪਕਾਵਾਂਗੇ, ਉਹਦੇ ਬਣਾਵਾਂਗੇ।
ਅਰਮਾਨ ਤੈਨੂੰ ਪਤਾ ਇਹ ਬੇਲਣਾ ਬਹੁਤ ਕੰਮ ਚ ਆਉਂਦਾ ਆਪਣੇ ਪੰਜਾਬੀ ਘਰ ਚ ਮਣੀ ਮੈਂ ਤਾਂ ਹੀ ਕਹਿ ਚੰਗੇ ਬੇਲਣਾ ਤੇ ਹਾਂ ਇਹ ਇਹ ਤਾਂ ਕਦੇ ਕਦੇ ਕੁੱਟਣ ਚ ਵੀ ਆ ਜਾਂਦਾ ਕੰਮ ਇਹ ਤਾਂ ਮੇਨ ਫੰਕਸ਼ਨ ਦਾ ਰੋਟੀ ਵੇਲਣ ਲਈ ਆ ਪਰ ਕਈ ਘਰਾਂ ਚ ਨਾ ਕਈ ਪ੍ਰੋਬਲਮ ਸੋਲਵ ਕਰਨ ਲਈ ਵੀ ਵਰਤਿਆ ਜਾਂਦਾ ਮੇਰੀ ਗੱਲ ਸੁਣੋ ਆਪਾਂ ਉਹਦਾ ਕਹਿ ਤਾਂ ਦਿੰਦੇ ਆ ਪਰ ਕਦੇ ਰੀਅਲ ਚ ਦੇਖਿਆ ਵੀ ਕਿਸੇ ਨੇ ਬੇਲਣਾ ਮਾਰਿਆ ਹੋਵੇ ਵੈਸੇ ਮੈਂ ਦੇਖਿਆ ਆ ਅੱਛਾ ਯਾ ਜਦੋਂ ਅਸੀਂ ਇੰਡੀਆ ਰਹਿੰਦੇ ਹੁੰਦੇ ਸੀ ਨਾ ਸਾਡਾ ਜਿਹੜਾ ਘਰ ਸੀ ਉੱਥੇ ਨਾ ਮਤਲਬ ਥੋੜੀ ਦੂਰ ਘਰ ਸੀਗਾ ਇੱਕ ਤੇ ਉਹ ਵਿਚਾਰਾ ਇੰਨਾ ਗੁੱਸੇ ਚ ਆ ਜਾਂਦਾ ਸੀ ਨਾ ਬੰਦਾ ਕਈ ਵਾਰ ਆਪਣੀ ਵਾਈਫ ਤੇ ਪੀ ਖਾ ਕੇ ਆਉਂਦਾ ਸੀ ਸ਼ਾਇਦ ਤੇ ਉਹਨੇ ਆ ਕੇ ਨਾ ਪਹਿਲਾਂ ਤਾਂ ਉਹਨੇ ਗਾਲਾਂ ਗੁਲਾਂ ਜਿਹੀਆਂ ਕੱਢਣੀਆਂ ਫਿਰ ਪਤਾ ਲੱਗਣਾ ਵੀ ਉਹਨੇ ਵੇਲਣਾ ਚੱਕ ਲਿਆ ਅਸੀਂ ਕੋਠੇ ਤੇ ਚੜ ਜਾਂਦੇ ਹੁੰਦੇ ਦੇਖਣ ਲਈ ਵੀ ਵਾਈਫ ਨੇ ਕਈ ਵਾਰ ਉਹ ਵੇਲਣਾ ਲੈ ਕੇ ਆਉਣਾ ਮਗਰ ਹਨਾ ਵੀ ਇਹਨੇ ਤੰਗ ਕੀਤਾ ਪਿਆ ਰੋਜ਼ ਹੀ ਪੀ ਕੇ ਆ ਜਾਂਦਾ ਆ ਬੜਾ ਅਸੀਂ ਹੱਸਣਾ ਵੀ ਅੱਜ ਚੱਕ ਲਿਆ ਵੇਲਣਾ ਉਹਨੇ ਬੜੀ ਸੱਚੀ ਗੱਲ ਆ ਮਤਲਬ ਕਿ ਜਦੋਂ ਰੋਟੀਆਂ ਬਣ ਰਹੀਆਂ ਹੋਣ ਤਾਂ ਪੰਗਾ ਨਹੀਂ ਲੈਣਾ ਦੂਰ ਹੀ ਰਹੋ ਜੇ ਗੁੱਸੇ ਚ ਹੋ ਫਿਰ ਲਾਗੇ ਨਾ ਜੇ ਪਿਆਰ ਚ ਹੋ ਤੇ ਫਿਰ ਬਿਸ਼ੱਕ ਆ ਜਾਓ ਫਿਰ ਰੋਟੀਆਂ ਸੋਹਣੀਆਂ ਪੱਕਣ ਲੈਂਦੀਆਂ ਲੈਂਦੀਆਂ ਵੀ ਪਲੇਟ ਚ ਆਉਂਦੀਆਂ ਨੇ ਸਾਰਾ ਥਿੰਕਿੰਗ ਚੱਲਦੀ ਆ ਹਿਊਮਨ ਦੀ ਅੱਛਾ ਅੱਛਾ ਨਿਊ ਫੈਕਟ ਉਹਦੇ ਵਿੱਚ ਗੁੱਡ ਪ੍ਰੋਡਕਟ ਵੀ ਬਣਦਾ ਬੈਡ ਵੀ ਬਣਦਾ ਹਨਾ ਯਾ ਤੇ ਆਪਾਂ ਕਿਦਾਂ ਯੂਟਿਲਾਈਜ਼ ਕਰਨਾ ਹੁੰਦਾ ਉਹਨੂੰ ਕਿਦਾਂ ਯੂਜ਼ ਕਰਨਾ ਹੁੰਦਾ ਗੁੱਡ ਵੇ ਠੀਕ ਆ ਪਰ ਆਦਾ ਤਾਂ ਨੋਡੀ ਸਟਫ ਦੱਸ ਰਿਹਾ ਹੈ ਅੱਛਾ ਜਿਹੜਾ ਆਪਾਂ ਟੀਵੀ ਤੇ ਗੇਮਸ ਖੇਡਦੇ ਆ ਗੁੱਡ ਆ ਕਿ ਬੈਡ ਆ ਡੈਫੀਨਿਟਲੀ ਗੁੱਡ ਉਹ ਕਿਵੇਂ ਡੈਫੀਨਿਟਲੀ ਗੁੱਡ ਹਰਵਾਂ ਤਾਂ ਗੁੱਡ ਹੀ ਕਰੇਗਾ ਉਹ ਗੁੱਡ ਕਿੰਦਾ ਮਾਰ ਉਹ ਆਮੀ ਹੋ ਜਾ ਅੱਛਾ ਤੁਸੀਂ ਸੋਚਦੇ ਹੋਵੋਗੇ ਵੀ ਨੀਨਾ ਕਿੱਥੇ ਅੱਜ ਅੱਜ ਲੀਨਾ ਲੀਨਾ ਸੋਚ ਕੇ ਹਾਜ਼ਰੀ ਜ਼ਰੂਰੀ ਆ ਆ ਗਈ ਆ ਆ ਕੇ ਕਰਕੇ ਆਹ ਆਹ ਕਿੱਥੇ ਲੈ ਗਈ ਕੀ ਕਰਦੀਆਂ ਇਲੇਨ ਬੜੀ ਤੂਫਾਨੀ ਆ ਇਹ ਨਾ ਜਿਵੇਂ ਤੰਗ ਬਹੁਤ ਕਰਦੀ ਆ ਕਈ ਵਾਰ ਇਹਦੇ ਜਿਵੇਂ ਅਰਮਾਨ ਕੁਛ ਵੀ ਖੇਡਦਾ ਕੁਛ ਕਰ ਰਿਹਾ ਇਲੇਨ ਨੂੰ ਐਗਜੈਕਟਲੀ ਉਹੀ ਚੀਜ਼ ਚਾਹੀਦੀ ਆ ਚਾਹੇ ਟੁੱਟੀ ਆ ਭੱਜੀ ਆ ਪਰ ਵੀਰੇ ਦੇ ਹੱਥ ਕਿਉਂ ਆ ਗਈ ਮੇਰੇ ਹੱਥੋਂ ਨਹੀਂ ਚਾਹੀਦੀ ਆ ਬਈ ਅੱਜ ਦੇਸੀ ਘਿਓ ਤਾਂ ਕੋਈ ਨਾ ਕਿਉਂ ਅੱਜ ਕੋਈ ਪਰਹੇਜ ਨਹੀਂ ਅੱਜ ਖੁੱਲਾ ਡੁੱਲਾ ਵਰਤਣਾ ਚੋਰੀ ਲਈ ਅੱਜ ਵਾਕਣ ਮੋਟੇ ਕਰਨਾ ਮੰਮੀ ਕਿੰਨੀ ਦੋ ਰੋਟੀਆਂ ਦੀ ਬਣਾਉਣ ਲੱਗੀ ਦੋ ਦੀ ਬਣਾਉਣ ਲੱਗੀ ਵਧੀਆ ਵਧੀਆ ਦੋਨਾਂ ਦੇ ਬੱਚਿਆਂ ਦੇ ਕੰਮ ਆ ਜਾਏਗੀ ਨੀਨਾ ਇਹਨਾਂ ਨੂੰ ਕੀ ਕਰਾਂ ਪਾਣੀ ਪਵਾ ਲਿਆ ਤੇ ਚਲ ਆਓ ਸ਼ੁਰੂ ਕਰੀਏ ਆਪਾਂ ਨੀਨਾ ਗੱਲ ਸੁਣ ਓਕੇ ਅੱਛਾ ਆਪ ਲੈ ਕੇ ਜਾ ਮੇਰੇ ਖਿਆਲ ਚ ਸਾਰੀਆਂ ਹੀ ਪਰ ਜਿਹੜੀਆਂ ਸਾਡੀਆਂ ਬੱਚੀਆਂ ਨੇ ਨਾ ਗਾਂ ਜਿਹਨਾਂ ਨਿੱਕ ਨਿੱਕ ਬੱਚਿਆਂ ਨੋਹਾਂ ਸਾਡੀਆਂ ਜਿਹੜੀਆਂ ਉਹਨਾਂ ਨੂੰ ਇੰਨਾ ਨਹੀਂ ਪਤਾ ਉਹਨਾਂ ਨੂੰ ਦੱਸਣ ਲੱਗੀ ਆ ਵੀ ਇਹਨੂੰ ਨਾ ਲਹਿੰਦੀ ਲਹਿੰਦੀ ਰੋਟੀ ਨੂੰ ਗਰਮ ਥੋੜੀ ਗਰਮ ਗਰਮ ਨੂੰ ਆਪਾਂ ਚੋਪੜ ਲੈਣਾ ਚੋਪੜ ਕੇ ਕੁਲੀ ਕੁਲੀ ਨੂੰ ਐ ਮੁੱਠੀਆਂ ਦੇ ਵਿੱਚ ਦੇ ਦੇ ਕੇ ਏਦਾਂ ਮਰੋੜਨਾ ਆਪਾਂ ਅੱਛਾ ਤੇ ਉਹਦੇ ਵਿੱਚ ਤੁਸੀਂ ਪਹਿਲਾਂ ਚਾਹੇ ਘੀ ਪਾ ਲੈਣਾ ਮਰੋੜ ਕੇ ਚੰਗੀ ਤਰ੍ਹਾਂ ਐ ਕਰੀ ਜਾਣਾ ਇਹਦੀ ਮਿਰਚ ਕੱਢ ਦੇਣੀ ਆ ਸਮਝੋ ਠੀਕ ਆ ਅੱਛਾ ਇਹ ਕੀ ਕਰ ਦੇਣੀ ਆ ਨਿੱਜ ਨਿੱਜ ਮਤਲਬ ਕਚੁੰਬਰ ਹਾਂਜੀ ਕੀ ਹੋ ਗਿਆ ਲੋਕ ਕਰਤਾ ਖੋਲਦੇ ਆ ਇੱਕ ਮਿੰਟ ਆ ਗਏ ਚਲੋ ਠੀਕ ਆ ਆਪੇ ਖੋਲ ਲਓ ਹਾਂਜੀ ਮੰਮੀ ਮੈਂ ਆ ਗਿਆ ਸੌਰੀ ਅੱਛਾ ਕੀ ਜੀ ਪਾਤਾ ਕੀ ਜੀ ਨੀ ਥੋੜਾ ਜਿਹਾ ਤੇ ਇਹ ਘੀ ਦੇ ਵਿੱਚ ਇਹਨੂੰ ਕਰਕੇ ਇਹਨੂੰ ਗਰਮ ਗਰਮ ਨੂੰ ਮਤਲਬ ਮੈਂ ਕੋਸਾ ਇਹ ਨਹੀਂ ਕਿ ਉਂਗਲਾਂ ਨੂੰ ਹੋਣ ਕਿਉਂਕਿ ਸ਼ੱਕਰ ਵੀ ਫਿਰ ਗਰਮ ਹੋਊ ਨਾ ਜੇ ਗਰਮ ਗਰਮ ਰੋਟੀ ਦੇ ਵਿੱਚ ਹੋਊ ਥੋੜੀ ਕੋਸੀ ਚ ਤੇ ਤਾਂ ਹੀ ਫਿਰ ਮਲਾਇਮ ਬਣਦੀ ਆ ਜਾਂਦੀ ਇੱਕ ਵਾਰ ਮੈਂ ਐਂ ਰੋਟੀ ਲਾਈ ਸੀ ਮੈਂ ਥੋੜੀ ਠੰਡੀ ਹੋ ਗਈ ਨਾ ਲਾਉਂਦੇ ਘਰ ਦੇ ਉਹ ਫਿਰ ਸ਼ੱਕਰ ਬਹੁਤ ਹੱਥਾਂ ਦਾ ਜ਼ੋਰ ਲੱਗਿਆ ਮੇਰਾ ਇਹਨੂੰ ਬਣਾਉਣ ਲਈ ਉਸ ਦਿਨ ਇਹਦੇ ਵਿੱਚ ਮੈਂ ਸ਼ੱਕਰ ਪਾਉਣ ਲੱਗੀ ਹਾਂ ਕੁਛ ਬਰੀਕ ਕਰ ਲਈ ਹੈ ਕੁਛ ਹੋਰ ਮੈਂ ਬਰੀਕ ਕਰਨੀ ਹੈ ਕਿਉਂਕਿ ਸ਼ੱਕਰ ਨੇ ਇਹਨੂੰ ਪੂਰਾ ਮਤਲਬ ਕਰਨਾ ਹੈ ਜਿਵੇਂ ਆਪਾਂ ਭਾਂਡੇ ਬੱਚਿਆਂ ਨੂੰ ਬਣਾ ਕੇ ਦੇਣੇ ਆ ਜਾਂ ਕੁਛ ਕਰਨਾ ਹੈ ਵੀ ਉਹਦੇ ਵਾਂਗੂ ਹੋ ਜਾਵੇ ਫਿਰ
ਵੇਖਿਓ ਹੁਣ ਹੁਣ ਅੱਡ ਅੱਡ ਆ ਨਾ ਹੁਣ ਜਦੋਂ ਮੈਂ ਬਣਾਉਣੀਆਂ ਨੈਣ ਹੋ ਜਾਣਾ ਜਦੋਂ ਪਿੰਨੀਆਂ ਬਣਾ ਲਓ ਚਾਹੇ ਦੀਆਂ ਬੱਚਿਆਂ ਨੂੰ ਦੇਣ ਲਈ ਹਾਂ ਪੁੱਤ ਬੋਲੋ ਮੈਂ ਕਹਿਣਾ ਸੀ ਮੈਨੂੰ ਪਤਾ ਲੱਗ ਗਿਆ ਨਿੰਨੀ ਕੀ ਕਰਦੀ ਆ ਬਾਲਟੀ ਪਾਣੀ ਦੇ ਨਾਲ ਕੀ ਕਰਦੀ ਆ ਭਰ ਕੇ ਬਾਹਰ ਲੈ ਕੇ ਜਾਂਦੀ ਆ ਫਰੰਟ ਡੋਰ ਚੋਂ पूरा मतलब रच जाए आखो मेरे हथ लग नहीं रहा इना देखो कि सारा कट्ठा होने लग गया चलो मैं हम पिन्नी बनानी आपां अपने बच्चों नूं ना बहुत वधिया खुराक है ये अपने बच्चों के वधन फुलन लई ते आपां बना के ना स्कूल भी दे सकदे आ इन्हां नूं अपने टिफिन दे विच पा के आ देखो किन्नी बच्चों नूं ना आपां इस पासे भी साडे बच्चे खाण जिहड़ा आपां फूड लै आउणे आ बाजारी उहदे नालों भी आपां घर बना के दे दईए ते हैल्दी बहुत आ देखो भी उहनां दा ना इंट्रस्ट इहदे विच पवे इस करके आपां भांडे मैं अरमान नूं ते आम दे दिंदी हां आ देखो कोली बनाई कोली एदां मतलब उहनां नूं बहुत वधिया लगेगा भांडे बना दिंदे आ खाणा पीणा आ देखो पा के उहनां दे टिफिन दे विच पा दो इह हटदा नहीं हुण मैं इक गलास बना लैणा छोटा जिहा बच्चे नूं बहुत वधिया लगदा वी अहीं इह की खा रहे हां हुण आ गलास बणाया ਗਲਾਸ ਇੱਕ ਨਿੱਕੀ ਜਿਹੀ ਪਲੇਟ ਬਣਾ ਦੇਣੀ ਜਣੀ ਅੱਧਾ ਭਾਂਡੇ ਬਣਾ ਲਓ ਚਾਹੇ ਪਨੀਰ ਬਣਾ ਦੇ ਕ੍ਰਿਕਟ ਬੈਟ ਹਾਂ ਹੁਣ ਕ੍ਰਿਕਟ ਬੈਟ ਬਣੂ ਅਰਮਾਨ ਤੇ ਬਣਵਾ ਕੇ ਲੈ ਜਾਂਦਾ ਹੁੰਦਾ ਕੀ ਪਲੇਟ ਹੁਣ ਬਣਨੀ ਆ ਮਨਪੁੱਤ ਇਹ ਨਾ ਜਿਵੇਂ ਹੁਣ ਆਪਾਂ ਜੰਕ ਫੂਡ ਖਾਂਦੇ ਆ ਚਿਪਸ ਖਾ ਲੈ ਕੁਛ ਵੀ ਤੈਨੂੰ ਪਤਾ ਨਾ ਜੰਕ ਫੂਡ ਕਿਹੜਾ ਹੁੰਦਾ ਆਇਆ ਕੋਈ ਵੀ ਚੀਜ਼ ਜਿਹੜੀ ਸਿਰਫ ਪੈਸੇ ਕਮਾਉਣ ਲਈ ਬਣਾਈ ਜਾਂਦੀ ਆ ਨਾ ਪੈਕਟਾਂ ਦੇ ਵਿੱਚ ਆਉਂਦੀ ਆ ਉਹ ਲੌਂਗ ਟਰਮ 'ਚ ਹੈਲਥ ਲਈ ਗੁੱਡ ਨਹੀਂ ਹੁੰਦਾ ਪੁੱਤ ਕਦੇ ਕਦੇ ਇਹਦਾ ਸਨੈਕ ਆਪਾਂ ਯੂਜ਼ ਕਰ ਸਕਦੇ ਹਾਂ ਇਹ ਚੀਜ਼ਾਂ ਨੇ ਇਹ ਆਪਾਂ ਲਾਈਕ ਹੰਡਰਡਸ ਆਫ ਈਅਰਸ ਤੋਂ ਖਾ ਰਹੇ ਹਾਂ ਇਟਸ ਆਲਵੇਸ ਗੁੱਡ ਫੋਰ ਹੈਲਥ ਹਨਾ ਜੇ ਤੁਸੀਂ ਐਕਟਿਵ ਹੋ ਇਹਦੇ ਨਾਲ ਤੁਹਾਡਾ ਬ੍ਰੇਨ ਵੀ ਵਧੀਆ ਫੰਕਸ਼ਨ ਕਰਦਾ ਬੋਡੀ ਵਧੀਆ ਫੰਕਸ਼ਨ ਕਰਦੀ ਹੈ ਜ਼ਰੂਰੀ ਹੈ ਇਹ ਚੀਜ਼ਾਂ ਨਾ ਕੌਲੀਆਂ ਪਲੇਟਾਂ ਕੜਛੀਆਂ ਬੜੀ ਯਮੀ ਹੁੰਦੀਆਂ ਨੇ ਇਹਦਾ ਬੇਲਣਾ ਤਾਂ ਨਹੀਂ ਬਣਾਉਂਗੀ ਬੇਲਣਾ ਆ ਬੇਲਣਾ ਬਣ ਲੱਗੇ ਬਚ ਕੇ ਕੌਲੀਆਂ ਬੜੀ ਵਧੀਆ ਹੁੰਦੀਆਂ ਨੇ ਅਰਮਾਨ ਨੂੰ ਵੀ ਬੇਲਣਾ ਦੇਤਾ ਹਾਂ ਕੀ ਕਹਿੰਦੇ ਹੌਟ ਚਾਕਲੇਟ ਬਣਾਉਣ ਵਾਲਾ ਕੱਪ ਚ ਬੋਲੀ ਜਾਂਦੀ ਆ ਮਾਂ ਹੋਰ ਤੇਰਾ ਕੈਂਪ ਕਿਦਾਂ ਰਿਹਾ ਹੋ ਗਿਆ ਬੜਾ ਵਧੀਆ ਸੱਚੋ ਗੱਲ ਦੱਸੀ ਯਾਰ ਕੀ ਹੋਇਆ ਸੀਗਾ ਨਹੀਂ ਨਾ ਵੇਟ ਪੁੱਤ ਮੈਂ ਵੀਰੇ ਦੀ ਗੱਲ ਸੁਣ ਲਈ ਜੋ ਕੈਂਪ ਚ ਕੀ ਹੋਇਆ ਸੀਗਾ ਤੁਸੀਂ ਕੱਪੜੇ ਚੇਂਜ ਕਰ ਰਹੇ ਸੀ ਕੈਂਪ ਤੇ ਸੀ ਲਾਈਕ ਕੱਪੜੇ ਚੇਂਜ ਕਰ ਰਹੇ ਸੀ ਲਾਈਕ ਸਵੇਰੇ ਸੀ ਮਲਾਦਾ ਆਈ ਥਿੰਕ ਯੈਸ ਸਵੇਰੇ ਸੀ ਅਸੀਂ ਸਾਰੇ ਕੱਪੜੇ ਚੇਂਜ ਕਰ ਰਹੇ ਸੀ ਮੋਦੀ ਪਤਾ ਨਹੀਂ ਸੀ ਜਾਂ ਰਾਜਵੀਰ ਪਰ ਫਰੈਂਡ ਸੀ ਮੇਰਾ ਕੋਈ ਉਹ ਬਾਹਰ ਟੋਇਲਟ ਕਰਨ ਗਿਆ ਹੋਇਆ ਸੀ ਅਸੀਂ ਚੇਂਜ ਕਰਨ ਲੱਗੇ ਫਿਰ ਜਦੋਂ ਵਾਪਸ ਅੰਦਰ ਆਇਆ ਫਿਰ ਉਹਨੇ ਡੋਰ ਖੋਲਿਆ ਅਸੀਂ ਸਾਰੇ ਚੇਂਜ ਹੋ ਰਹੇ ਸੀ ਅਸੀਂ ਸਾਰੇ ਨੇ ਸਕ੍ਰੀਮ ਕੀਤਾ ਕਲੋਜ਼ ਦਾ ਡੋਰ ਐਂਡ ਦੈਨ ਫਿਰ ਉਹਨੇ ਉਹ ਕਹਿੰਦਾ ਹੋਲੀ ਸ਼ਿਟ ਓਕੇ 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 ਕਰ ਦੇਣਾ ਮਾਨੇ ਜੀ ਜਾਂ ਮੈਮਰੀਜ਼ ਹੁੰਦੀਆਂ ਹਨਾ ਜਦੋਂ ਆਪਾਂ ਕੁਛ ਵੀ ਚਾਹੇ ਫਰੈਂਡਸ ਨਾਲ ਕਰਦੇ ਆ ਫੈਮਿਲੀਜ਼ ਨਾਲ ਕਿੱਦਾਂ ਕੋਈ ਇਦਾਂ ਦਾ ਇੰਸੀਡੈਂਟ ਹੁੰਦਾ ਸਾਰੀ ਉਮਰ ਯਾਦ ਰਹਿੰਦਾ ਆਪਾਂ ਨੂੰ ਮੈਂ ਜਾਣ ਕੇ ਵੀਡੀਓ ਦੇ ਵਿੱਚ ਰਿਕਾਰਡ ਕੀਤਾ ਅਤੇ ਤੋਂ ਸੁਣ ਕੇ ਇਹ ਅਰਮਾਨ ਨੇ ਸਵੇਰੇ ਵੀ ਸਾਨੂੰ ਇਹ ਗੱਲ ਦੱਸੀ ਸੀ ਕਿ ਵੀ ਇੱਦਾਂ ਹੋਇਆ ਪਰ ਜਦੋਂ ਤੂੰ ਵੱਡਾ ਹੋ ਜਾਏਗਾ ਨਾ ਜਿਵੇਂ ਆ ਯੂਟਿਊਬ 'ਤੇ ਇਹ ਵੀਡੀਓਜ਼ ਦੇਖਿਆ ਕਰੇਗਾ ਤੈਨੂੰ ਇਹ ਗੱਲ ਯਾਦ ਆਇਆ ਕਰੂ ਤੇਰੇ ਚਿਹਰੇ 'ਤੇ ਸਮਾਈਲ ਆਇਆ ਕਰੂ ਉਹਦੇ ਨਾਲ ਹੈਨਾ ਗੁੱਡ ਬਹੁਤ ਗੁੱਡ ਮੈਮਰੀਜ਼ ਮੈਮਰੀਜ਼ ਇਹ ਗਲਾਸ ਬਣਾਇਆ ਇਹ ਦੋ ਕੌਲੀਆਂ ਬਣਾਈਆਂ ਇਹ ਪਿੰਨੀ ਬਣਾਈਆਂ ਆਹ ਪਲੇਟ ਅਤੇ ਆਹ ਚਗਲਾ ਅਤੇ ਆਹ ਵੇਲਣਾ ਅਤੇ ਆਹ ਵਾਲਾ ਡੂੰਘਾ ਹੈ ਅਤੇ ਆਹ ਉੱਤੇ ਮੈਂ ਆਹ ਉੱਤੇ ਢੱਕਣ ਦੇ ਦਿੱਤਾ ਦੇਖ ਮੰਮੀ ਨੇ ਕੀ ਪਾਇਆ ਤੂੰ ਗਿੱਲੀ ਹੋ ਕੇ ਆਈ ਆ ਯਾ ਪਾਪਾ ਕੀਤਾ ਪਾਪਾ ਪਾਪਾ ਨੇ ਕੀ ਕੀਤਾ ਉਹ ਪਾਪਾ ਉੱਥੇ ਮਿਕੇ ਅੱਛਾ ਤੇ ਮੰਮੀ ਨੇ ਕੀ ਬਣਾਇਆ ਮੰਮੀ ਨੇ ਕੀ ਪਾਇਆ ਨਹੀਂ ਚੱਕ ਕੇ ਦਿਖਾਈ ਮੈਨੂੰ ਕੀ ਪਾਇਆ ਨਹੀਂ ਮੈਂ ਦੇਖ ਲਾ ਮੈਨੂੰ ਨਹੀਂ Thank you.
ਖਾ ਸਕਦਾ ਹਾਂ ਟੇਸਟ ਕਰ ਸਕਦਾ ਜ਼ਰੂਰ ਬੇਟੇ ਖਾਣ ਵਾਸਤੇ ਬਣਾਈ ਆ ਛਕੋ ਉਹਨਾਂ ਨੂੰ ਯਾਰ ਖਾਣੇ ਆ ਬੇਲਣਾ ਲੈ ਬੇਲਣਾ ਨੂੰ ਖਤਮ ਕਰ ਕਿਵੇਂ ਆ ਮਿੱਤਰੋ ਬਹੁਤ ਯਮੀ ਆ ਬੱਚਿਆਂ ਲਈ ਹੁਣ ਦੋਵਾਂ ਲਈ ਅਰਲੀਨ ਤੇ ਅਰਮਾਨ ਲਈ ਨਾ ਚਿੜੀਆਂ ਬਣਾਉਂਦੇ ਆ ਆਟੇ ਦੀ ਚਿੜੀ ਆਟੇ ਦੀ ਚਿੜੀ ਜਿਹੜੀਆਂ ਆਪਣੇ ਚੱਲਦੀਆਂ ਹੁੰਦੀਆਂ ਸੀ ਪਹਿਲਾਂ ਮਾਵਾਂ ਨੇ ਕੰਮ ਲੱਗਣਾ ਆਪਣਾ ਤੇ ਬੱਚਿਆਂ ਨੂੰ ਵੀ ਬੱਚੇ ਰੌਲਾ ਨਾ ਪਾਉਣ ਖਾਈ ਜਾਣ ਤੇ ਮਾਵਾਂ ਨੇ ਬਣਾ ਕੇ ਚਿੜੀਆਂ ਤੇ ਫੜਾ ਦੇਣੀਆਂ ਹੱਥਾਂ ਦੇ ਵਿੱਚ ਤੀਲਿਆਂ ਦੇ ਵਿੱਚ ਟੰਗ ਕੇ ਉਦੋਂ ਕੋਈ ਪਰਹੇਜ ਨਹੀਂ ਕਰਦਾ ਹੁੰਦਾ ਪਹਿਲਾਂ ਪਹਿਲਾਂ ਆੜੇ ਹੁੰਦੇ ਨੀ ਮਾਂਜੇ ਦੇ ਤੀਲੇ ਧੋ ਕੇ ਉਹਦੇ ਵਿੱਚ ਟੰਗ ਦਿੰਦੀਆਂ ਹੁੰਦੀਆਂ ਸੀ ਝਾੜੂ ਦੇ ਤੀਲੇ ਝਾੜੂ ਦੇ ਤੀਲੇ ਧੋਣੇ ਕਿਸੇ ਨੂੰ ਕੁਛ ਨਹੀਂ ਸੀ ਹੁੰਦਾ ਉਦੋਂ ਛੇਤੀ ਛੇਤੀ ਬੱਚਿਆਂ ਨੂੰ ਇਮਿਊਨਿਟੀ ਬਣ ਜਾਂਦੀ ਸੀ ਬਹੁਤ ਬਣਦੀ ਭਲਾ ਹੋਵੇ ਸ਼ੈਰੀ ਮਾਨ ਦਾ ਜਿਹਨੇ ਗਾਣਾ ਲਿਆਂਦਾ ਸੀ ਆਟੇ ਦੀ ਚਿੜੀਆਂ ਬਹੁਤ ਸੋਹਣਾ ਬਹੁਤ ਸੋਹਣਾ ਤੇ ਆ ਦੇਖੋ ਇਦਾਂ ਹੀ ਬਸ ਐਵੇਂ ਬਣਾ ਕੇ ਬਸ ਵੀ ਬੱਚੇ ਖੁਸ਼ ਹੋ ਜਾਣ ਆ ਪੂਛਲ ਬਣਾਤੀ ਆ ਤੇ ਚੱਲ ਆ ਮੋਟੀ ਵੱਡੀ ਥੋੜ੍ਹੀ ਚਿੜੀ ਬਣਾ ਦਿੰਦੇ ਹਾਂ ਮੀਨਾ ਕੀ ਕਹਿੰਦਾ ਸੀ ਚਿਰੀ ਚਿਰੀ ਖਾ ਗਿਆ ਮੇਰਾ ਪੁੱਤ ਗਮ ਆ ਠੰਡੀ ਕਰ ਲਓ ਬੜੀ ਯਮੀ ਹੋਣੀ ਹੈ ਖਾ ਲਓ ਮੇਰੇ ਲਈ ਤਾਂ ਲੂਣ ਦੀ ਟੋਪਿੰਗ ਚਾਹੀਦੀ ਹੁੰਦੀ ਆ ਤੇ ਸਵਾਲਾਂ ਦੀ ਲੂਣ ਦੇ ਨਾਲ ਹਾਂਜੀ ਠੀਕ ਆ ਆਪ ਕਰਕੇ ਲੈ ਕੇ ਆਇਆ ਮੈਂ ਵੀ ਆਣਾ ਗੁੱਡ ਹੈਪੀ ਨੋ ਨਾ ਸਾਰੇ ਚਿੜੀ ਵਾਲੀ ਇੱਕ ਵਾਰੀ ਮੂੰਹ ਚ ਐਡੀ ਚਿੜੀ ਲੰਘੂ ਕਿਵੇਂ ਮੰਮੀ ਹਾਂਜੀ ਬੇਟੇ ਇੱਕ ਵਾਰੀ ਮੈਂ ਉੱਠਿਆ ਸੀ ਕੈਂਪ ਚ ਸੀ ਮੈਂ ਜਦੋਂ ਮੈਂ ਉੱਠਿਆ ਸਾਨੂੰ ਬ੍ਰੈਕਫਾਸਟ ਲਈ ਟੋਸਟ ਮਿਲਿਆ ਸੀ ਨਾਲ ਲਾਈਕ ਦਲੀਆ ਤੇ ਫਿਰ ਮੈਂ ਖਾਂਦੇ ਬੜੀ ਮਿਸ ਕੀਤੀ ਸੀ ਤੁਹਾਡੀ ਚੂਰੀ ਕਾਸ਼ ਮੈਂ ਨਾਲ ਹੁੰਦੀ ਮੈਂ ਉਹਦੇ ਦੇ ਬਣਾ ਦੇਣੀ ਸੀ ਰੋਟੀ ਆਪ ਕਾ ਲੈਣੀ ਸੀ ਬਣਾ ਦੇਣੀ ਸੀ ਗੁੱਡ ਮਾਨ ਬਾਕੀ ਆਪਾਂ ਐਂ ਕਰਦੇ ਹਾਂ ਵੀਡੀਓ ਨੂੰ ਕਰਦੇ ਹਾਂ ਇੱਥੇ ਫਿਨਿਸ਼ ਅਤੇ ਜੇ ਤੁਹਾਨੂੰ ਕੁਛ ਵੀ ਪੋਜ਼ੀਟਿਵ ਲੱਗਿਆ ਇਸ ਵੀਡੀਓ ਦੇ ਵਿੱਚ ਜਾਂ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਵੇਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਮਿਲਦੇ ਹਾਂ ਛੇਤੀ ਉਹ ਨਵੀਂ ਵੀਡੀਓ ਲੈ ਕੇ ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ